ਜਾਣੇ ਭੁੰਦੇ ਆ ਨਾ ਹੁਣ ਇੱਥੇ ਹੁਣ ਪਤਾ ਨਹੀਂ ਲੱਗਦਾ ਵੀ ਉਹ ਆਂਦੇ ਸੇ ਵਿੱਚੋਂ ਨਾ ਪਸਾਏ ਨਾ ਡੇਰੀ ਪਾਣ ਕਰੇ ਉਹ ਸਾਂਭ ਸਾਂਭ ਕੇ ਰੱਖਦੇ ਆ ਪਰ ਨਹੀਂ ਜਿਹੜਾ ਦਸਵਾਨ ਜਿੰਨਾ ਨਾ ਬੰਦਾ ਉਹਦੀ ਬੋਲੀ ਵੱਖਰੀ ਉਹਦੀ ਬਹਿਣੀ ਵੱਖਰੀ ਉਹਦੀ ਕਹਿਣੀ ਵੱਖਰੀ ਉਹਦਾ ਤੁਰਨਾ ਵੱਖਰਾ ਉਹਨੂੰ ਰੰਗੀ ਭਾਵ ਨਾਲ ਇਹਨੇ ਵੱਖਰਾ ਲਾਇਆ ਹੁੰਦਾ ਜਿਹੜਾ ਦਸਵਾਨ ਦਿੰਦਾ ਪਰਮੇਸ਼ਰ ਨੇ ਬੜੀ ਵੱਡੀ ਸਾਨੂੰ ਢੇਰ ਦਿੱਤੀ ਆ ਜ਼ਰੂਰ ਰੱਬ ਦਾ ਨਾਂ ਲਓ ਰੱਬ ਦੇ ਨਾਂ ਤੋਂ ਬਗੈਰ ਇਹ ਸੰਨ 1995 ਤੋਂ ਆਪਾਂ ਨਗਰ ਕੀਰਤਨ ਕੱਢਦੇ ਆ ਰਹੇ ਹਾਂ ਪਿੰਡ ਤਿੱਬੜ ਤੋਂ ਲੈ ਕੇ ਉੱਥੋਂ ਨਵਾਂ ਪਿੰਡ ਬੱਬੇਹਾਲੀ ਆਪਣੇ ਆਓ ਜਿਹੜੇ ਗੁਰਦਾਸਪੁਰ ਗੁਰਦਾਸਪੁਰ ਤੋਂ ਗਾਰੀ ਬੱਬੜੀ ਬੱਬਰੀ ਤੋਂ ਹੁੰਦਾ ਆ ਬਾਜੇ ਚੱਕ ਝੌਰਾਂ ਦੇ ਵਿੱਚ ਉਹਦੀ ਹੁੰਦਾ ਆ ਰੱਤੋਵਾਲ ਪਿੰਡ ਬਾਹੀਆਂ ਥਾਣੀ ਅਤੇ ਤਿੱਬਰ ਆਣ ਕੇ ਕਤਲਵੰਡੀ ਤੋਂ ਬਾਹੀਆਂ ਅਤੇ ਤਿੱਬਰ ਆਣ ਕੇ ਰਾਤ ਨੂੰ 6:30 ਵਜੇ ਨਾਲ ਇਹਦੀ ਸਮਾਪਤੀ ਹੋਣੀ ਆ ਅਤੇ 1995 'ਚੋਂ ਇਸੇ ਤਰ੍ਹਾਂ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਹਰ ਸਾਲ ਗੁਰੂ ਗੋਬਿੰਦ ਸਿੰਘ ਦੇ ਅਵਤਾਰ ਪੂਰਬ ਦੇ ਸੰਬੰਧ ਵਿੱਚ ਨਗਰ ਕੀਰਤਨ ਇਹ ਸਜਾਇਆ ਜਾਂਦਾ ਇਹ ਕੋਈ 27-28 ਟਰਾਲੀਆਂ ਨੇ ਸਾਡੇ ਨਗਰ ਕੀਰਤਨ ਦੇ ਵਿੱਚ ਸੱਜੀਆਂ ਹੋਈਆਂ ਨੇ ਬਹੁਤ ਸੰਗਤ ਦੇ ਵਿੱਚ ਉਤਸ਼ਾਹ ਆ ਬਹੁਤ ਚੜ੍ਹ ਕੇ ਹਿੱਸਾ ਲੈਂਦੇ ਹਨ 9-10 ਦਿਨ ਪ੍ਰਭਾਤ ਫੇਰੀਆਂ ਵੀ ਨਿਕਲਦੀਆਂ ਨੇ ਪਹਿਲਾਂ ਅਤੇ ਉਸ ਤੋਂ ਬਾਅਦ ਅਸੀਂ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਬੜੀ ਧੂਮਧਾਮ ਦੇ ਨਾਲ ਮਨਾਉਂਦੇ ਹਾਂ ਅਤੇ ਸਾਰੇ ਅਸੀਂ ਸ਼ਹਿਰ ਵਾਸੀਆਂ ਨੂੰ ਪਿੰਡ ਤਿੱਬਰ ਦੀ ਸੰਗਤ ਗੁਰਪੁਰਬ ਦੀ ਲੱਖ ਲੱਖ ਵਧਾਈ ਦਿੰਦੇ ਹਾਂ ਸਾਰਿਆਂ ਨੂੰ ਗੁਰੂ ਮਹਾਰਾਜ ਦੀ ਲੱਖ ਲੱਖ ਵਧਾਈ ਨਾਲ ਮੁਬਾਰਕਾਂ ਹੋਣ ਜੀ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਹਾੜੇ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਇਹੋ ਜਿਹਾ ਨਗਰ ਕੀਰਤਨ ਆ ਪਿੰਡ ਤਿੱਬੜ ਤੋਂ ਸ਼ੁਰੂ ਹੁੰਦਾ ਪਿੰਡ ਨਵਾਂ ਪਿੰਡ ਹੁੰਦਾ ਵਾਲਾ ਬੱਬੇਹਾਲੀ ਗੁਰਦਾਸਪੁਰ ਖਾਨਵਾਨ ਚੌਂਕ ਤੋਂ ਜੀਵਨਵਾਲ ਬੱਬਰੀ ਨੂੰ ਜਾ ਕੇ ਪਿੰਡ ਝੌਰ ਰੱਤੋਵਾਲ ਵਿਰਕ ਤਲਵੰਡੀ ਬਾਹੀਆਂ ਤੋਂ ਫਿਰ ਤਿੱਬੜ ਵਿੱਚ ਸਮਾਪਤੀ ਹੋਣੀ ਆ ਇਹ ਨਗਰ ਕੀਰਤਨ 27ਵਾਂ ਨਗਰ ਕੀਰਤਨ ਹੈ 1995 ਤੋਂ ਲੈ ਕੇ ਇਹ ਲਗਾਤਾਰ ਨਗਰ ਕੀਰਤਨ ਜਿਹੜਾ ਉਹ ਚੱਲ ਰਿਹਾ ਨਿਕਲ ਰਿਹਾ ਸੰਗਤਾਂ ਦੇ ਸਹਿਯੋਗ ਨਾਲ ਪਿੰਡ ਦੀਆਂ ਸਾਰੀਆਂ ਸੰਗਤਾਂ ਦਾ ਬਹੁਤ ਸਹਿਯੋਗ ਆ ਬਹੁਤ ਵੱਡਾ ਪਿੰਡ ਵਾ ਸਾਰੀਆਂ ਸੰਗਤਾਂ ਬਹੁਤ ਸਹਿਯੋਗ ਕਰਦੀਆਂ ਹਨ ਆਪੋ ਆਪਣੀਆਂ ਟਰੈਕਟਰ ਟਰਾਲੀਆਂ ਲੈ ਕੇ ਸਾਰੇ ਸੰਗਤਾਂ ਹਾਜ਼ਰ ਹੁੰਦੀਆਂ ਹਨ ਕੀਰਤਨ ਵਿੱਚ ਜੋ ਬਾਹਰ ਦੇ ਪਿੰਡ ਵਾ ਉਹ ਬਹੁਤ ਸਹਿਯੋਗ ਦਿੰਦੇ ਨੇ ਬਹੁਤ ਵਧੀਆ ਤਰੀਕੇ ਨਾਲ ਇਹ ਨਗਰ ਕੀਰਤਨ ਸਜਾਇਆ ਜਾਂਦਾ ਹਰ ਸਾਲ ਸੋ ਇਸ ਕਰਕੇ ਸੰਗਤਾਂ ਨੂੰ ਲੱਖ ਲੱਖ ਵਧਾਈ ਹੈ ਨਗਰ ਕੀਰਤਨ ਦੀ ਬਾਹਰੋਂ ਵੀ ਆਉਂਦੀਆਂ ਜੀ ਬਹੁਤ ਸੰਗਤਾਂ ਆਉਂਦੀਆਂ ਬਾਹਰ ਦੇ ਮੁੰਡੇ ਵੀ ਆਉਂਦੇ ਨੇ ਬਾਹਰ ਦੇ ਪਿੰਡਾਂ ਦੇ ਲੋਕ ਬਹੁਤ ਆਉਂਦੇ ਆ ਜੀ ਬਹੁਤ ਪਿੰਡ ਆਉਂਦੇ ਆ ਇਹ ਇਕੱਠ ਜੀ ਘੱਟੋ ਘੱਟ 35-40 ਟਰਾਲੀਆਂ ਹੁੰਦੀਆਂ ਉਹਦੇ ਜਾਂ ਸਾਰੀਆਂ ਭਰੀਆਂ ਹੀ ਹੁੰਦੀਆਂ ਨੇ ਸੰਗਤਾਂ ਬਹੁਤ ਵੱਧ ਹੁੰਦੀਆਂ ਨੇ ਬੜਾ ਇਕੱਠ ਤਕੜਾ ਹੁੰਦਾ ਮੈਂ ਸਾਰੇ ਪਿੰਡਾਂ ਨੂੰ ਪਿੰਡ ਦੀਆਂ ਸੰਗਤਾਂ ਨੂੰ ਸ਼ਹਿਰ ਦੀਆਂ ਸੰਗਤਾਂ ਨੂੰ ਇਲਾਕੇ ਦੀਆਂ ਸੰਗਤਾਂ ਨੂੰ ਫਿਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਜਨਮ ਦਿਹਾੜੇ ਦੇ ਪ੍ਰਕਾਸ਼ ਦਿਹਾੜੇ 'ਤੇ ਲੱਖ ਲੱਖ ਵਧਾਈਆਂ ਦਿੰਦਾ ਅਤੇ ਬੇਨਤੀ ਕਰਦਾ ਹਾਂ ਕਿ ਹਰ ਸਾਲ ਦੀ ਤਰ੍ਹਾਂ ਗਾਂਹ ਵੀ ਇੱਦਾਂ ਹੀ ਇਹ ਸੰਗਤਾਂ ਇਹ ਦਿਹਾੜਾ ਮਨਾਉਂਦੀਆਂ ਰਹਿਣ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਰਹਿਣ